ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਲਾਲ ਬਟਨ ਦੇ ਕਰਕੇ ਕਲਿੱਕ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਨਾਲ ਹੀ ਘੰਟੀ ਦਾ ਬਟਨ ਦੇ ਕਲਿੱਕ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਥੈਂਕ ਯੂ ਵੈਰੀ ਮਚ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪ ਲਾਈਨ ਨੰਬਰ ਕਰ ਲੋ ਨੋਟ ਅਨਚਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਧ ਹਾਲ ਤਵਿਆਂ ਡਾਕਟਰ ਟਰਾਲੀ ਜਾਂ ਕੋਈ ਵੀ ਮਸ਼ੀਨਰੀ ਵੀਰੇ ਕਾਰਜੀਬ ਗੱਡੀ ਸੇਲ ਕਰਨੀ ਹੈ ਤਾਂ ਉਸਦੇ ਆ ਪੰਜ ਸੱਤ ਫੋਟਮਾ ਨਾਲ ਹੀ ਦਿ ਲੋਡਿੰਗ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਜਨਰਲ ਜੱਟਾਂ ਦੇ ਜਹਾਜ਼ ਤੇ ਕਰ ਦੇਵਾਂਗੇ ਬਿਲਕੁਲ ਫ੍ਰੀ ਐਡ ਹੈ ਵੀਰੇ ਕੋਈ ਕਮਿਸ਼ਨ ਨਹੀਂ ਆਪਣਾ ਸੋ ਇੱਕ ਰਿਕਵੈਸਟ ਹੈ ਵੀਰੇ ਜੋ ਕਿ ਮੇਰੇ ਵੀਰ ਐਡ ਕਰਵਾਉਣ ਲਈ ਆਪਾਂ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਤੇ ਸਹੀ ਜਾਣਕਾਰੀ ਦਿਓ ਵੀਰੇ ਸੋ ਵੀਰੇ ਬਹੁਤ ਜਿਆਦੇ ਵੀਰਾਂ ਦੀ ਕੰਪਲੇਂਟ ਆਉਂਦੀ ਹੈ ਮੈਸੇਜ ਆਉਂਦੇ ਨੇ ਕਮੈਂਟਸ ਆਉਂਦੇ ਨੇ ਵੀ ਵੀਡੀਓ ਦੇ ਵਿੱਚ ਰੇਟ ਜਿਆਦਾ ਰੱਖਿਆ ਜਾਂਦਾ ਹੈ ਸੋ ਇਸ ਕਰਕੇ ਵੀਰੇ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਵੀ ਆਪਣੀ ਜੀ ਦਾ ਰੇਟ ਉਹੀ ਰੱਖੋ ਜਿਹੜਾ ਮਾਰਕੀਟ ਦੇ ਅਨੁਸਾਰ ਨਾਲ ਚੋ ਜੀਦਾ ਬੰਦਾ ਹੈ ਸੋ ਵੀਰੇ ਬਹੁਤ ਜਿਆਦੇ ਵੀਰ ਕੰਪਲੀਟ ਕਰਦੇ ਨੇ ਸੋ ਦੇ ਰਿਗਾਰਡਿੰਗ ਦੱਸ ਲੱਗਿਆ ਵੀਰੇ ਜੋ ਵੀ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਹੈ ਉਹ ਸਿਰਫ ਮਾਲਕ ਵੀਰਾਂ ਵੱਲੋਂ ਰੱਖੀ ਗਈ ਕਿ ਡਿਮਾਂਡ ਹੁੰਦੀ ਹੈ ਕੋ ਪ੍ਰਾਈਸ ਮੌਕੇ ਦੇ ਘੱਟ ਹੋਵੇਗਾ ਮੌਕੇ ਤੇ ਡਿਸਕਾਊਂਟ ਕਰਨਗੇ ਵੀਰ ਸੋ ਜੇ ਕੋ ਮੇਰੇ ਵੀਰ ਚੀਜ਼ ਖਰੀਦਣ ਦਾ ਜਾਵਣਾ ਹੈ ਮਾਲਕ ਵੀਰ ਨਾਲ ਫੋਨ ਤੇ ਕਨੈਕਟ ਕਰਕੇ ਰੇਟ ਵਗੈਰਾ ਆਪਣਾ ਸੈੱਟ ਕਰਕੇ ਚੀਜ਼ ਤੁਸੀਂ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਚੀਜ਼ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ 6 ਚੀਜ਼ਾਂ ਨੇ ਸੇਲੀ ਆਪਣੇ ਕੋਲ 4 ਗੱੱਡੀਆਂ ਨੇ ਵੀਰੇ ਇੱਕ ਆਪਣੇ ਕੋਲ ਮੋਟਰਸਾਈਕਲ ਹੈ ਇੱਕ ਜੀਪ ਹੈ ਗੱਡੀਆਂ ਦੇ ਵਿੱਚ ਆਪਣੇ ਕੋਲ ਮਰੂਤੀ ਆਲਟੋ ਗੱਡੀ ਹੈ ਫੋਰਡ ਅਨਡੈਵਰ ਗੱਡੀ ਹੈ ਹੁੰਡਾਈ ਵਰਨਾ ਗੱਡੀ ਹੈ ਮੁੰਡਾਏ i10 ਗ੍ਰੈਂਡ ਗੱਡੀ ਐ ਇਹ ਚਾਰ ਗੱਡੀਆਂ ਨੇ ਵੀਰੇ ਇੱਕ ਮਹਿੰਦਰਾ ਜੀਪ ਐ ਇੱਕ 올ਡ ਮਾਡਲ ਪੁੱਠੇ ਸਾਈਡ ਗੇਅਰ ਵਾਲਾ ਬੁਲਟ ਮੋਟਰਸਾਈਕਲ ਐ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਆਂ ਮਰੂਤੀ ਆਲਟੋ ਵੀਰੇ ਮਰੂਤੀ ਆਲਟੋ ਵੀਰੇ 2004 ਮਾਡਲ ਗੱਡੀ ਐ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਦੇ ਜੋ ਟਾਇਰ ਨੇ ਅਸੀਂ 85% ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ origignal ਟਾਇਰ ਨੇ ਪੂਰੀ ਓਕੇ ਕੰਡੀਸ਼ਨ ਐ ਵਧੀਆ ਸਾਫ ਸੁਥਰਾ ਰੰਗ ਪੇਂਟ ਹੈ ਵੀਰੇ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਹਲਕੇ ਫੁਲਕੇ ਮਾਈਨਰ ਸਕ੍ਰੈਚਸ ਨੇ ਬਾਕੀ ਮਾਈਨਰ ਟੱਚਿੰਗ ਹੈ ਗੱਡੀ ਕੋਈ ਮੇਜਰ ਐਕਸੀਡੈਂਟਡ ਵਗੈਰਾ ਨਹੀਂ ਕੋਈ ਕਿਤੋਂ ਕੋਲਿਜਿਡਿਟੀ ਨਹੀਂ ਬਾਡੀ ਲਾਈਨ ਦੀ ਗੱਡੀ ਸਾਫ ਸੁਥਰੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਵਧੀਆ ਸਾਇਲੈਂਟ ਇੰਜਨ ਗੇਅਰ ਹੈ ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਬਿਲਕੁਲ ਓਕੇ ਕੰਡੀਸ਼ਨ ਵਿੱਚ ਗੱਡੀ ਚੱਲਦੀ ਹੈ ਵਧੀਆ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਠੀਕ ਚੱਲਦਾ ਹੈ ਬਾਕੀ ਕੋਈ ਘਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ ਹਰਿਆਣਾ ਨੰਬਰ ਹੈ ਵੀਰੇ ਪੇਪਰ ਵਗੈਰਾ ਕੰਪਲੀਟ ਨੇ 2024 ਤੱਕ ਪਾਸ ਸੀ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਏਰੀਆ ਵੀਰੇ ਸਮਾਣਾ ਏਰੀਆ ਵੀਰਾਂ ਦਾ ਜ਼ਿਲ੍ਹਾ ਪਟਿਆਲਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 50000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰ ਹੇਠੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਸੋ ਨਾਲੇ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰੇ ਜਰੂਰ ਵੈਰੀਫਾਈ ਕਰੋ। ਹਾਂਜੀ ਵੀਰੇ ਅੱਬਾ ਤੁਹਾਨੂੰ ਮਹਿੰਦਰਾ ਜੀਪ ਦਿਖਾ ਰਿਹਾ ਹਾਂ 1995 ਮਾਡਲ ਮਹਿੰਦਰਾ ਜੀਪ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਜੀਪ ਦੇ ਜੋ ਟਾਇਰ ਨੇ 60 70 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰਾ ਵਧੀਆ origignal ਟਾਇਰ ਨੇ ਵਿਦ ਸਟ੍ਰਿਪਣੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਬਾਕੀ ਵਧੀਆ ਸਾਫ ਸੁਥਰਾ ਰੰਗ ਪੇਂਟ ਹੈ ਵੀਰੇ 2K ਪੇਂਟ ਹੋਇਆ ਜੀਪ ਨੂੰ ਵਧੀਆ origignal ਰੰਗ ਪੇਂਟ ਹੋਇਆ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਬਾਡੀ ਲੈਂਡ ਦੀ ਗੱਡੀ ਸਾਫ਼ ਸੁਥਰੀ ਹੈ ਕੋਈ ਕਿਤੇ ਗਲੀ ਸੜੀ ਨਹੀਂ ਕੋਈ ਮੇਜਰ ਐਕਸੀਡੈਂਟ ਨਹੀਂ ਕੋਈ ਡੈਮੇਜ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਬੈਲ ਮੇਨਟੇਨਡ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਤੁਸੀਂ ਜੀਪ ਦੇਖ ਸਕਦੇ ਹੋ ਸਮੂਥ ਚੱਲਦੀ ਹੈ ਵੀਰੇ ਬਦਿਆ ਸਾਇਲੈਂਟ ਇੰਜਨ ਗੇਅਰ ਹੈ ਸਰਵਿਸ ਵਗੈਰਾ ਹੋਈ ਵੀ ਹੈ ਚਲਾ ਕੇ ਚੈੱਕ ਕਰਕੇ ਤੁਸੀਂ ਦੇਖ ਸਕਦੇ ਹੋ ਇੰਟੀਰੀਅਰ ਬਾਰੇ ਗੱਲ ਕਰੀਏ ਵਧੀਆ ਸੀਟ ਕਵਰ ਵਗੈਰਾ ਲੱਗੇ ਨੇ ਵਧੀਆ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਵਗੈਰਾ ਬਾਕੀ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਜੀਪ ਪੇਪਰ ਵਗੈਰਾ ਕੰਪਲੀਟ ਨੇ ਐਨਓਐਸ ਵਗੈਰਾ ਵੀਰ ਕਢਵਾ ਕੇ ਦੇਣਗੇ 2021 ਤੱਕ ਪਾਸਿੰਗ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਏਰੀਆ ਵੀਰੇ ਬਠਿੰਡਾ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਜੀਪ ਹੈ ਜੀਪ ਦੀ ਡਿਮਾਂਡ ਰੱਖੀ ਗਈ 1,40,000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜੀਪ ਖਰੀਦ ਸਕਦੇ ਹੋ ਸੋ ਨਾਲੇ ਵੀਰੇ ਜੀਪ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਅੱਬਦ ਨੂੰ ਸਟੈਂਡਰਡ ਬੋਲਟ ਮੋਟਰਸਾਈਕਲ ਦਿਖਾ ਰਹੇ ਆਂ 2006 ਮਾਡਲ ਸਟੈਂਡਰਡ ਬੋਲਟ ਮੋਟਰਸਾਈਕਲ ਹੈ ਵੀਰੇ 올ਡ ਵਰਜਨ ਦੇ ਵਿੱਚ ਪੁੱਟੇ ਸਾਈਡ ਗੇਰ ਦਾ 올ਡ ਵਰਜਨ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਦੇ ਜੋ ਟਾਇਰ ਨੇ 90 95 ਪੈਸੇ ਟਾਇਰ ਨੇ ਪੇ ਦਾਗ ਸਾਫ ਸੁਥਰੇ ਵਧੀਆ オリジナル ਟਾਇਰ ਨੇ ਪੂਰੀ ਓਕੇ ਕੰਡੀਸ਼ਨ ਆ ਸਾਫ ਸੁਥਰਾ ਰੰਗ ਪਿੰਟ ਹੈ ਵੀਰੇ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਮੋਟਰਸਾਈਕਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਮੂਥ ਚੱਲਦਾ ਹੈ ਵੀਰੇ ਕੋਈ ਸਟਾਰਟਿੰਗ ਪ੍ਰੋਬਲਮ ਨਹੀਂ ਬੈਟਰੀ ਸੈੱਟ ਵਗੈਰਾ ਬਿਲਕੁਲ ਓਕੇ ਹੈ ਬਾਕੀ ਜੈਨ ਸੈੱਟ ਵਗੈਰਾ ਬਿਲਕੁਲ ਓਕੇ ਕੰਡੀਸ਼ਨ ਵਿੱਚ ਹੈ ਪਹਿਲੇ ਕਿੱਕ ਸਟਾਰਟ ਮੋਟਰਸਾਈਕਲ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਕੋਈ ਕਮੀ ਪੇਸ਼ੀ ਨਹੀਂ ਰਾਉਂਡ ਬੈਂਡ ਸਲੈਂਸਰ ਲੱਗਿਆ ਹੋਇਆ ਵੀਰੇ ਬਾਕੀ ਵਧੀਆ ਸਾਊਂਡ ਹੈ ਹਰਿਆਣਾ ਨੰਬਰ ਹੈ ਪੇਪਰ ਵਗੈਰਾ ਕੰਪਲੀਟ ਨੇ ਐਨਓਸੀ ਵਗੈਰਾ ਵੀਰ ਘਟਵਾ ਕੇ ਦੇਣਗੇ ਏਰੀਆ ਵੀਰੇ ਸਰਸਾ ਏਰੀਆ ਵੀਰਾਂ ਦਾ ਹਰਿਆਣੇ ਦੇ ਵਿੱਚ ਉੱਥੇ ਵੀਰਾਂ ਕੋਲੇ ਮੋਟਰਸਾਈਕਲ ਹੈ ਮੋਟਰਸਾਈਕਲ ਦੀ ਡਿਮਾਂਡ ਰੱਖੀ ਗਈ ਹੈ 90000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੋਟਰਸਾਈਕਲ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਮੋਟਰਸਾਈਕਲ ਖਰੀਦਣ ਵੇਲੇ ਪੇਪਰ ਵਗੈਰਾ ਜਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਆਪਾਂ ਤੁਹਾਨੂੰ ਹੁੰਡਾਏ ਵਰਨਾ ਗੱਡੀ ਦਿਖਾ ਰਹੇ ਹਾਂ ਹੁੰਡਾਏ ਵਰਨਾ ਵੀਰੇ 2013 ਮਾਡਲ ਗੱਡੀ ਹੈ 1.6 ਫਿਊਲਿੰਗ ਵਰਜਨ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ ਗੱਡੀ ਦੇ ਜੋ ਟਾਇਰ ਨੇ 8050 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ origignal ਟਾਇਰ ਨੇ alloy wheel ਲੱਗੇ ਹੋਏ ਨੇ ਵਧੀਆ ਕੁਆਲਿਟੀ ਦੇ heavy alloy wheel ਲੱਗੇ ਨੇ ਬਿਲਕੁਲ ਓਕੇ ਕੰਡੀਸ਼ਨ ਹੈ ਬੰਪਰ ਟੂ ਬੰਪਰ ਸਾਰਾ origignal ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਬੈਲ ਮੇਨਟੇਨਡ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ 82000 ਕਿਲੋਮੀਟਰ ਗੱਡੀ ਚੱਲੀ ਵੀ ਹੈ origignal ਚੱਲੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਮੂਥ ਚੱਲਦੀ ਹੈ ਵੀਰੇ ਕੋਈ ਕਮੀ ਪੇਸ਼ ਨਹੀਂ ਸਰਵਿਸ ਵਗੈਰਾ डन ਹੈ ਸਾਇਲੈਂਟ ਇੰਜਨ ਗੇਰ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਅੰਟੀਰੀਅਰ ਬਾਰੇ ਗੱਲ ਕਰੀਏ ਵਧੀਆ ਟੌਪ ਕਲਾਸ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਸਾਰੇ ਫੀਚਰਸ ਵਰਕਿੰਗ ਨੇ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ ਪੰਜਾਬ ਨੰਬਰ ਹੈ ਵੀਰੇ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਏਰੀਆ ਵੀਰੇ ਪਠਾਨਕੋਟ ਦੇ ਲਾਗੇ ਕਠੂਹਾ ਡਿਸਟ੍ਰਿਕਟ ਹੈ ਵੀਰਾਂ ਦਾ ਹਿਮਾਚਲ ਦੇ ਵਿੱਚ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 5 ਲੱਖ ਰੁਪਿਆ ਬਾਕੀ ਮੌਕੇ ਦੇ ਡਿਸਕਾਊਂਟ ਹੋ ਜੇਗਾ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਸੋ ਨਾਲੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਅਬਦਨ ਹੁੰਡਾਈ ਆਈਡਨ ਗੱਡੀ ਦਿਖਾ ਰਿਹਾ ਹੁੰਡਾਈ ਆਈਡਨ ਗ੍ਰੈਂਡ ਗੱਡੀ ਹੈ ਵੀਰੇ 2014 ਮਾਡਲ ਟਾਪ ਮਾਡਲ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਦੇ ਜੋ ਟਾਇਰ ਨੇ 70 75 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ origignal ਟਾਇਰ ਨੇ alloy wheel ਲੱਗੇ ਹੋਏ ਨੇ ਵਧੀਆ ਕੁਆਲਿਟੀ ਦੇ heavy alloy wheel ਲੱਗੇ ਨੇ ਬਾਕੀ ਓਵਰਾਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ ਹਲਕੇ ਬੁਲਕੇ ਮਾਈਨਰ ਸਕ੍ਰੈਚਸ ਨੇ ਬਾਕੀ ਕੋਈ ਮੇਜਰ ਐਕਸੀਡੈਂਟ ਨਹੀਂ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ origignal ਰੰਗ ਪੇਂਟ ਹੈ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਹੈ 70000 ਕਿਲੋਮੀਟਰ ਗੱਡੀ ਚੱਲੀ ਵੀ ਹੈ origignal ਚੱਲੀ ਹੈ sealed engine gear ਹੈ ਸਰਵਿਸ ਵਗੈਰਾ ਹੋਈ ਵੀ ਹੈ ਸਾਇਲੈਂਟ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਅਨ ਦੇਦਰ ਵਾਲੀ ਗੱਲ ਕਰੀਏ ਵਧੀਆ ਟੌਪ ਕਲਾਸ ਦਾ ਇੰਟੀਰੀਅਰ ਹੈ ਵੀਰੇ ਵਧੀਆ ਟੌਪ ਕਲਾਸ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਬਾਕੀ ਸਾਰੇ ਫੀਚਰਜ਼ ਵਰਕਿੰਗ ਨੇ ਪੁਸ਼ ਬਟਨ ਸਟਾਰਟ ਹੈ ਟੌਪ ਮਾਡਲ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਪੰਜਾਬ ਨੰਬਰ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਏਰੀਆ ਵੀਰੇ ਪਠਾਨਕੋਟ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਜੀ 3,80,000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਸੋ ਨਾਲੇ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਅਵਦ ਨੂੰ ਫੋਰਡ ਅੰਡੈਵਰ ਗੱਡੀ ਦਿਖਾ ਰਿਹਾ ਹਾਂ ਫੋਰਡ ਅੰਡੈਵਰ ਵੀਰੇ 2012 ਮਾਡਲ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਦੇ ਜੋ ਟਾਇਰ ਨੇ 70 75 ਪੈਸੇ ਟਾਇਰ ਨੇ ਬੇਦਾਗ ਸਾਫ ਦੁਰੇ ਵਧੀਆ origignal ਟਾਇਰ ਨੇ ਵਧੀਆ ਟੌਪ ਕਲਾਸ ਦੇ ਹੈਵੀ ਅਲੋਏ ਵੀ ਲੱਗੇ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ 75000 ਕਿਲੋਮੀਟਰ ਗੱਡੀ ਚੱਲੀ ਵੀ ਹੈ ओरिजिनल ਚੱਲੀ ਹੈ ਸਾਇਲੈਂਟ ਇੰਜਨ ਗੇਅਰ ਹੈ ਸਰਵਿਸ ਵਗੈਰਾ ਹੋਈ ਵੀ ਹੈ ਸਾਇਲੈਂਟ ਇੰਜਨ ਹੈ ਵੀਰੇ ਕੋਈ ਕਮੀ ਪੇਸ਼ ਨਹੀਂ ਗੱਡੀ ਦੇ ਵਿੱਚ ਬੰਪਰ ਤੋਂ ਬੰਪਰ ਸਾਰਾ ओरिजिनल ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਬੈਲ ਮੇਨਟੇਨਡ ਹੈ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਸੈਕੰਡ ਆਨਰ ਹੈ ਦੂਜੇ ਮਾਲਕ ਕੋਲ ਗੱਡੀ ਹੈ ਸੀਲਡ ਇੰਜਨ ਗੇਅਰ ਦੇ ਵਿੱਚ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਅਨ ਡਿਜ਼ਰਵਰ ਗੱਲ ਕਰੀਏ ਵਧੀਆ ਟੌਪ ਕਲਾਸ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਬਾਕੀ ਸਾਰੇ ਫੀਚਰਸ ਵਰਕਿੰਗ ਨੇ ਵੀਰੇ ਕੋਈ ਕਮੀ ਪੇਸ਼ੀ ਨਹੀਂ ਪੰਜਾਬ ਨੰਬਰ ਗੱਡੀ ਹੈ ਫੁੱਲ ਇੰਸ਼ੋਰੈਂਸ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਏਰੀਆ ਵੀਰੇ ਕਪੂਰਥਲਾ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 8 ਲੱਖ 70000 ਰੁਪਇਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰ 1 ਉੱਤੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਲ ਹੀ ਸਕਦੇ ਹੋ ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਦਾ ਬਟਨ ਦਬਕ ਲੈ ਕੇ ਜ਼ਰੂਰ ਕਰਨਾ ਵੀਰੇ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਸੁਮੇਤ ਕਹਿੰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪੋ ਆਪ ਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਓ ਜੇ ਕੋਈ ਸਾਡੇ ਵੱਲੋਂ ਕਮੀ ਪਈ ਰਹੀਦੀ ਹੈ ਤਾਂ ਸਾਨੂੰ ਪਤਾ ਚੱਲ ਸਕੇ ਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੇ ਤੋਂ ਚੰਗੇ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੀਏ ਸੁਮੇਤ ਕਹਿੰਦਾ ਵੀਰੇ ਜੁੜੇ ਰਹੋਗੇ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਸਿਕ ਰਿਕੁਐਸਟ ਨਾਲ ਆਪਣੀ ਉਹ ਵੀਰਾਂ ਨੂੰ ਹੈ ਜੋ ਆਪਾਂ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦੇ ਨੇ ਸੋ ਪਲੀਜ਼ ਵੀਰੇ ਰਿਕੁਐਸਟ ਹੈ ਜੋ ਕੋਈ ਮਰਾ ਵੀਰ ਐਡ ਕਰਵਾਉਣ ਲਈ ਆਪਾਂ ਨੂੰ ਮਸ਼ੀਨਰੀ ਸੈਂਡ ਕਰਦਾ ਹੈ ਤਪਣੀ ਚੀਜ਼ ਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਤੇ ਸਹੀ ਜਾਣਕਾਰੀ ਦਿਓ ਵੀਰੇ ਕਿਉਂਕਿ ਬਹੁਤ ਜਿਆਦਾ ਵੀਰੇ ਇਨ ਕੰਪਲੇਨਟ ਆਉਂਦੀ ਹੈ ਰੇਟ ਬਾਰੇ ਸੋ ਵੀਰੇ ਚੀਜ਼ਾਂ ਦਾ ਰੇਟ ਉਹੀ ਰੱਖੋ ਜਿਹੜਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਹਾਡੀ ਜਿੱਦਾਂ ਬੰਦਾ ਹੈ ਅਗਰ ਕਿਸੇ ਮੇਰੇ ਵੀ ਨੂੰ ਰੇਟ ਬਾਰੇ ਕੋਈ ਪ੍ਰੋਬਲਮ ਹੈ ਤਾਂ ਆਪਣੇ ਨਾਲ ਵਟਸਐਪ ਤੇ ਕਨੈਕਟ ਕਰਕੇ ਆਪਣੀ ਚੀਜ਼ ਦਾ ਰੇਟ ਵਗੈਰਾ ਪਤਾ ਕਰਕੇ ਤੁਸੀਂ ਉਸ ਚੀਜ਼ ਦੇ ਐਡ ਕਰਵਾ ਸਕਦੇ ਹੋ ਨੰਬਰ ਦੋ ਵੀਰੇ ਕਈ ਮੇਰੇ ਵੀਰ ਫੇਕ ਜਾਣਕਾਰੀ ਦਿੰਦੇ ਨੇ ਐਕਸੀਡੈਂਟਲ ਗੱਡੀਆਂ ਨੂੰ ਟੱਚ ਗਾਲੀਆਂ ਗੱਡੀਆਂ ਨੂੰ origignal ਦਾ ਸਕੈਡ ਕਰਵਾ ਲੈਂਦੇ ਨੇ ਜਦੋਂ ਕੋਈ ਵੀਰ ਖਰੀਦ ਲਈ ਉਹਨਾਂ ਕੋਲ ਵਿਜ਼ਿਟ ਕਰਦਾ ਜਾਂਦਾ ਵੀਰੇ ਉਹ ਤੋਂ ਦੇਖਦਾ ਉਹ ਤੋਂ ਬਿਲਕੁਲ ਉਲਟ ਜਾਣਕਾਰੀ ਮਿਲਦੀ ਹੈ ਸੋ ਇਹਨਾਂ ਚੀਜ਼ਾਂ ਤੋਂ ਬਚੋ ਕਿਉਂਕਿ ਵੀਰੇ ਰੇਟ ਵਗੈਰਾ ਆਪਣਾ ਉਹੀ ਰੱਖੋ ਜਿਹੜਾ ਮਾਰਕੀਟ ਵੈਲਿਊ ਹਿਸਾਬ ਨਾਲ ਉਹ ਤੋਂ ਜਿੱਦਾਂ ਬੰਦਾ ਹੈ ਜਾਣਕਾਰੀ ਸਹੀ ਦਿਆ ਕਰੋ ਕਿਉਂਕਿ ਫੇਕ ਜਾਣਕਾਰੀ ਦਿੰਦੇ ਜਦੋਂ ਵੀਰ ਤੇ ਜਦੋਂ ਕੋਈ ਵੀਰ ਖਰੀਦੀ ਲਈ ਤੁਹਾਡੇ ਕੋਲ ਵਿਜ਼ਿਟ ਕਰਦਾ ਵੀਰੇ ਉਦੋਂ ਦੇਖਦਾ ਉਹ ਬਿਲਕੁਲ ਉਲਟ ਜਾਣਕਾਰੀ ਮਿਲੀ ਹੁੰਦੀ ਹੈ ਇਹਨਾਂ ਚੀਜ਼ਾਂ ਕਰਕੇ ਆਪਣੀ ਵੀਰਾਂ ਦਾ ਟਾਈਮ ਤੇ ਪੈਸਾ ਦੋਨੋਂ ਵੇਸਟ ਹੁੰਦੇ ਨੇ ਰੇਟ ਵਗੈਰਾ ਆਪਣਾ ਸਹੀ ਰੱਖੋ ਜਾਣਕਾਰੀ ਸਹੀ ਦਿਓ ਫੋਨ ਨੰਬਰ ਵਗੈਰਾ ਆਪਣਾ ਉਹ ਦਿਓ ਜਿਹੜਾ ਤੁਸੀਂ ਰੈਗੂਲਰ ਯੂਜ਼ ਕਰਦੇ ਹੋ ਤਾਂ ਜੋ ਆਸਾਨੀ ਨਾਲ ਤੁਹਾਡੇ ਨਾਲ ਕਨੈਕਟ ਹੋ ਸਕੇ ਲੋਕੇਸ਼ਨ ਵਗੈਰਾ ਆਪਣੀ ਡਰੇਸੇਬਲ ਦੱਸੋ ਤਾਂ ਜੋ ਆਸਾਨੀ ਨਾਲ ਵੀਰ ਮੈਪ ਤੇ ਸਰਚ ਕਰਕੇ ਤੁਹਾਡੇ ਤੱਕ ਪਹੁੰਚ ਸਕਣ ਸੁਮੀਤ ਕਰਦੇ ਵੀਰੇ ਇਹਨਾਂ ਜਿੰਦਾਂ ਦੇ ਜ਼ਰੂਰ ਕਾਰ ਕਰੋਂਗੇ ਸਪੋਰਟ ਕਰੋਗੇ ਜੁੜੇ ਰਹੋਗੇ ਇਸ ਤਰ੍ਹਾਂ ਆਪਣੇ ਜੀ